ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਵੱਲੋਂ ਲੇਟੈਸਟ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ, ਜੋ ਕਿ ਸੰਬੰਧਿਤ ਹੈ ਸਿਲੇਬਸ, ਜੋ ਲੈਕਚਰਾਰ ਦੀਆਂ 343 ਅਸਾਮੀਆਂ ਡਿਪਾਰਟਮੈਂਟ ਵੱਲੋਂ ਕੱਢੀਆਂ ਗਈਆਂ ਸੀ, ਬੈਕਲੌਗ ਦੀਆਂ ਅਤੇ ਨਵੀਆਂ ਅਸਾਮੀਆਂ। ਉਸਦਾ ਜੋ ਸਿਲੇਬਸ ਹੈ ਉਹ ਵੈਬਸਾਈਟ ਤੇ ਅਪਡੇਟ ਕੀਤਾ ਗਿਆ ਹੈ। ਤੋ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਾਈ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ, ਅਤੇ ਇਸ ਦੇ ਨਾਲ ਹੀ ਜੋ ਲੇਟੈਸਟ ਨੋਟੀਫਿਕੇਸ਼ਨ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 27 ਅਪ੍ਰੈਲ ਅੱਜ ਦਾ ਨੋਟੀਫਿਕੇਸ਼ਨ ਹੈ, 27 ਅਪ੍ਰੈਲ 2022। ਔਰ ਜੋ ਪਬਲਿਕ ਨੋਟਿਸ ਹੈ ਜਿਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ 343 ਲੈਕਚਰਾਰ ਦੀਆਂ ਨਵੀਆਂ ਅਤੇ ਬੈਕਲੌਗ ਅਸਾਮੀਆਂ ਦੀ ਜੋ ਭਰਤੀ ਸੰਬੰਧੀ ਜੋ ਇਸਦਾ ਵਿਗਿਆਪਨ ਹੈ ਉਹ 8 ਜਨਵਰੀ 2022 ਨੂੰ ਵਿਗਿਆਪਨ ਦਿੱਤਾ ਗਿਆ ਸੀ। ਔਰ ਵਿਗਿਆਪਨ ਦੀ ਸ਼ਰਤ ਅਨੁਸਾਰ ਇਸ ਭਰਤੀ ਲਈ ਲਿਖਤੀ ਟੈਸਟ ਲਿਆ ਜਾਣਾ ਹੈ ਔਰ ਇਸ ਮੰਤਵ ਲਈ ਉਕਤ ਵਿਸ਼ਿਆਂ ਦਾ ਸਿਲੇਬਸ ਅਪਲੋਡ ਕੀਤਾ ਜਾਂਦਾ ਹੈ। ਔਰ ਇਸ ਦੇ ਨਾਲ ਹੀ ਤੁਸੀਂ ਇਸਦਾ ਜੋ ਸਿਲੇਬਸ ਹੈ ਉਹ ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੋ ਹੈ ਕਮਰਸ ਲੈਕਚਰਾਰ ਦੀਆਂ ਜੋ ਅਸਾਮੀਆਂ ਹੀ ਉਸ ਵਾਸਤੇ ਇਹ ਸਿਲੇਬਸ ਹੈ, ਲੈਕਚਰਾਰ ਕਮਰਸ ਵਾਸਤੇ। ਤੋ ਉਸ ਤੋਂ ਬਾਅਦ ਸਬਜੈਕਟ ਵਾਈਜ਼ ਤੁਸੀਂ ਬਾਕੀ ਵੀ ਦੇਖ ਸਕਦੇ ਹੋ। ਨੈਕਸਟ ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਆ ਗਿਆ ਸਟੈਟਿਕਸ ਆ ਗਿਆ ਇਸ ਦੇ ਵਿੱਚ। ਔਰ ਨੈਕਸਟ ਜੋ ਸਿਲੇਬਸ ਹੈ ਬਿਜ਼ਨਸ ਸਟੱਡੀ ਵੀ ਆ ਗਿਆ ਇਸ ਦੇ ਵਿੱਚ, ਔਰ ਡਿਟੇਲ ਡਿਵਾਈਸ ਹੀ ਇਸਦਾ ਜੋ ਸਿਲੇਬਸ ਹੈ ਉਹ ਦੇਖ ਸਕਦੇ ਹੋ। ਔਰ ਨੈਕਸਟ ਹੈ ਇਹ ਸਿਲੇਬਸ ਦੇਖ ਸਕਦੇ, ਜਿਵੇਂ ਕਿ ਤੁਸੀਂ ਇਕਨੋਮਿਕਸ ਦਾ ਦਿਖ ਰਹੇ ਹੋ ਔਰ ਇਸਦੀ ਪੂਰੀ ਡਿਟੇਲ ਨੀਚੇ ਮੈਂਸ਼ਨ ਕੀਤੀ ਹੈ, ਮਾਈਕਰੋ ਇਕਨੋਮਿਕਸ, ਔਰ ਸਾਰੇ ਪਾਰਟ ਤੁਸੀਂ ਚੈੱਕ ਕਰ ਸਕਦੇ ਹੋ ਵੈਬਸਾਈਟ ਤੋਂ। ਇਹ ਸਿਲੇਬਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਹਿਸਟਰੀ, ਹਿਸਟਰੀ ਜੋ ਪਾਰਟ ਏ ਹਿਸਟਰੀ ਆਫ ਪੰਜਾਬ ਇਸਦਾ ਸਿਲੇਬਸ ਹੋਏਗਾ, ਔਰ ਪਾਰਟ ਬੀ ਦੇ ਵਿੱਚ ਹਿਸਟਰੀ ਆਫ ਇੰਡੀਆ, ਇੰਡੀਆ ਦੀ ਹਿਸਟਰੀ ਹੋਏਗੀ ਪਾਰਟ ਬੀ ਦੇ ਵਿੱਚ। ਔਰ ਸੇਮ ਹੀ ਨੀਚੇ ਤੁਸੀਂ ਦੇਖ ਸਕਦੇ ਹੋ ਨਾਲ। ਨੈਕਸਟ ਹੈ ਇਹ ਮੈਥ ਦਾ ਸਿਲੇਬਸ ਹੈ ਔਰ ਸਾਰੇ ਜੋ ਟੋਪਿਕ ਹੈ ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਦੇ ਨਾਲ, ਔਰ ਇਹਨੂੰ ਡਾਊਨਲੋਡ ਕਰਕੇ ਇਸ ਦੇ ਅਕੋਰਡਿੰਗ ਜੋ ਹੈ ਆਪਣੀ ਤਿਆਰੀ ਕਰ ਸਕਦੇ ਹੋ। ਇਸ ਦੇ ਅਕੋਰਡਿੰਗ ਜੋ ਤੁਹਾਡਾ ਪੇਪਰ ਆਏਗਾ ਸਿਲੇਬਸ ਦੇ ਅਕੋਰਡਿੰਗ। ਤੋ ਫਰੈਂਡਸ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੋ ਨੈਕਸਟ ਸਬਜੈਕਟ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, ਇਹ ਨੈਕਸਟ ਸਬਜੈਕਟ ਹੈਗਾ ਜੀ ਪੋਲੀਟੀਕਲ ਸਾਇੰਸ ਦਾ।